ਸਸ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ ਅੱਜ ਤੁਹਾਡੇ ਲਈ ਆਪਾਂ ਨਾ ਟਾਈਪਿੰਗ ਲਈ ਜੋ ਵੀਡੀਓ ਬਣ ਸਕਦੀ ਸੀ ਠੀਕ ਆ ਜੋ ਕਿ ਆਪਾਂ ਹੈਲਪ ਕਰ ਸਕਦੇ ਹਾਂ ਤੁਹਾਡੀ ਟਾਈਪਿੰਗ ਨਾਲ ਰਿਲੇਟਡ ਉਹ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ 10 ਤੋਂ 15 ਮਿੰਟ ਦੀ ਇਹ ਵੀਡੀਓ ਹੋਏਗੀ ਸੋ ਇਹਨਾਂ ਤੁਸੀਂ ਧਿਆਨ ਨਾਲ ਦੇਖਣਾ ਵਾ ਤੇ ਉਸ ਤੋਂ ਬਾਅਦ ਟਾਈਪਿੰਗ ਤੁਸੀਂ ਆਪ ਕਰਨੀ ਆ ਠੀਕ ਆ ਹੁਣ ਇਹਦਾ ਬੈਨੀਫਿਟ ਕਿੰਨਾਂ ਨੂੰ ਹੋਏਗਾ ਠੀਕ ਆ ਜੀ ਹੁਣ ਤੁਹਾਨੂੰ ਪਤਾ ਹੈ ਕਿ ਜੋ ਕਿ 900 ਪੋਸਟ ਹੋਰ ਪੀਟਪੀਐਸਬੀ ਕਲਰਕ ਦੀ ਆ ਗਈ ਹੋਈ ਆ ਅਗਰ ਕੋਈ ਜ਼ੀਰੋ ਤੋਂ ਵੀ ਸਟੂਡੈਂਟ ਤਿਆਰੀ ਕਰ ਰਿ ਉਹ ਵੀ ਨਾਲ ਦੀ ਨਾਲ ਇਸ ਦੇ ਨਾਲ ਹੌਲੀ ਹੌਲੀ ਟਾਈਪਿੰਗ ਰਿਟਨ ਦੇ ਨਾਲ ਨਾਲ ਟਾਈਪਿੰਗ ਦੀ ਤਿਆਰੀ ਕਰ ਸਕਦਾ ਵਾ ਠੀਕ ਆ ਉਹ ਵੀ ਘਰ ਬੈਠ ਕੇ ਠੀਕ ਆ ਜੀ ਕਿੱਦਾਂ ਕਰਨੀਆਂ ਕੀ ਕੀ ਤੁਸੀਂ ਫੋਲੋ ਕਰਦੇ ਆ ਸੋਰਸ ਤਾਂ ਉਹ ਸਾਰਾ ਆਪਾਂ ਤੁਹਾਨੂੰ ਦੱਸ ਦਵਾਂਗੇ ਇਸ ਵੀਡੀਓ ਨੂੰ ਪੂਰਾ ਤੁਸੀਂ ਐਂਡ ਤੱਕ ਦੇਖਣਾ ਠੀਕ ਆ ਜੀ ਹੁਣ ਸਭ ਤੋਂ ਪਹਿਲਾਂ ਇਹ ਵੀਡੀਓ ਹੈਗੀ ਆ ਜਿਹੜੇ ਕਿ ਪੰਜਾਬੀ ਟਾਈਪਿੰਗ ਬਿਲਕੁਲ ਬੇਸਿਕ ਤਾਂ ਉਹ ਸਿੱਖਣੀਆਂ ਜਿਨ੍ਹਾਂ ਨੇ ਉਹਨਾਂ ਲਈ ਆ ਠੀਕ ਆ ਜਾਂ ਜਿਨ੍ਹਾਂ ਦੀ ਸਪੀਡ 20 ਵਰਡ ਪਰ ਮਿੰਟ ਤੋਂ ਘੱਟ ਆ ਰਹੀ ਆ ਜਿਨ੍ਹਾਂ ਦੀ ਵੀ ਸਪੀਡ 30 ਤੋਂ ਪਲੱਸ ਆ ਰਹੀ ਆ ਉਹਨਾਂ ਲਈ ਇਹ ਵੀਡੀਓ ਕੋਈ ਜ਼ਿਆਦਾ ਫਾਇਦੇਮੰਦ ਨਹੀਂ ਹੋਏਗੀ ਕਿਉਂਕਿ ਉਹ ਆ ਬਤਾ ਸਕਦੇ ਨੇ ਠੀਕ ਆ ਜੀ ਸੋ ਜਿਨ੍ਹਾਂ ਦੇ ਵੀ 20 25 ਦੇ ਆਸ-ਪਾਸ ਜਾਂ 20 ਤੋਂ ਘੱਟ ਆ ਰਹੀ ਆ ਜਾਂ ਬਿਲਕੁਲ ਬੇਸਿਕ ਵਾਲੇ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਠੀਕ ਆ ਤੇ ਧਿਆਨ ਨਾਲ ਦੇਖਣਾ ਹੁਣ ਦੇਖੋ ਜੀ ਇਹਦੇ ਵਿੱਚ ਆਪਾਂ ਹੁਣ ਇਹਦੇ ਵਿੱਚ ਕੀ ਕੀ ਕੀਤਾ ਠੀਕ ਆ ਜੀ ਇਹਦੇ ਵਿੱਚ ਕੀ ਕੀ ਐਡ ਕੀਤਾ ਇਹਦੇ ਵਿੱਚ ਇਹ ਦੇਖਿਆ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਤੁਸੀਂ ਫੋਲੋ ਕਰੋਗੇ ਤੁਹਾਨੂੰ ਖੁਦ ਨੂੰ ਲੱਗੇਗਾ ਕਿ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਤੁਸੀਂ ਆਪਦੀ ਸਪੀਡ ਇਨਕਰੀਜ਼ ਕਰ ਸਕੋਗੇ ਠੀਕ ਆ ਟੈਸਟ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਹੁਣ ਭਰਤੀਆਂ ਜਿਹੜੀ ਹੁਣ ਟਾਈਪਿੰਗ ਹੋਣੀ ਆ ਉਹਦੇ ਵਾਸਤੇ ਵੀ ਬਹੁਤ ਜ਼ਰੂਰੀ ਆ ਇਹ ਜਿਹੜੀਆਂ ਅੱਗੇ ਵੀ ਕਲਰਕ ਦੀਆਂ ਭਰਤੀਆਂ ਅਗਰ 900 ਪੋਸਟਾਂ ਦੇ ਵਿੱਚ ਵੀ ਟਾਈਪਿੰਗ ਵਾਲੀਆਂ ਪੋਸਟਾਂ ਹੋਈਆਂ ਦੈਨ ਉਹਦੇ ਵਿੱਚ ਵੀ ਤੁਹਾਨੂੰ ਇਹ ਹੈਲਪ ਕਰੇਗੀ ਤੇ ਸੀਨੀਅਰ ਅਸਿਸਟੈਂਟ ਦੀਆਂ ਜੋ 5-600 ਪੋਸਟਾਂ ਫਿੱਟ ਹੋਏਗਾ ਦੇਖੋ ਜੀ ਹਣਜੀ ਐਕਸਰਸਾਈਜ਼ ਲਾਉਣ ਤੋਂ ਪਹਿਲਾਂ ਤੁਸੀਂ ਇੱਕ ਵਾਰ ਕੀਬੋਰਡ ਦੇ ਨਾਲ ਇਹ ਐਕਸਰਸਾਈਜ਼ ਆਪਾਂ ਇਹਦੇ ਵਿੱਚ ਇੱਕ ਐਕਸਰਸਾਈਜ਼ ਐਡ ਕੀਤੀਆਂ ਨੇ ਥੋੜੀਆਂ ਜਿਹਾ 7-8 ਐਕਸਰਸਾਈਜ਼ ਉਹ ਸਾਰਿਆਂ ਦੀ ਮੈਂ ਵਰਡ ਫਾਈਲ ਤੁਹਾਨੂੰ ਨਾ MS Word ਦੀ ਫਾਈਲ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਸ਼ੇਅਰ ਕਰ ਦੂੰਗਾ ਤੁਸੀਂ ਇਹਨੂੰ ਸਿੰਪਲ ਆਪਦੇ ਉਹਦੇ ਵਿੱਚ ਕੰਪਿਊਟਰ ਦੇ ਵਿੱਚ ਕਾਪੀ ਕਰਨਾ ਮੈਂ ਤੇ ਕੰਪਿਊਟਰ ਕਰਕੇ ਉਹਦੇ ਥੱਲੇ-ਥੱਲੇ ਟਾਈਪ ਕਰੀ ਜਾਣਾ ਮੈਂ ਠੀਕ ਆ ਬਟ ਇਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਇਹ ਵਾਲੀ ਪੀਡੀਐ ਜਿਹੜੀ ਵਰਡ ਦੀ ਫਾਈਲ ਲਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਕ ਨਾ ਤੁਸੀਂ ਇਹ ਸਿੱਖਣਾ ਮੈਂ ਕਿ ਕਿਹੜੇ ਅੰਗਰੇਜ਼ੀ ਅੱਖਰ ਦੇ ਨਾਲ ਕਿਹੜਾ ਵਰਡ ਪੈਂ ਕੀ ਕੀਤੀ ਹੋਈ ਆ ਉਹ ਪਹਿਲਾਂ ਤੁਹਾਨੂੰ ਉਹ ਕਰਨੀ ਪੈਗੀ ਠੀਕ ਆ ਕਿਹੜਾ ਵਰਡ ਪੈਂਦਾ ਰਵੀ ਫੌਂਟ ਇਨਸਟਰਕਸ਼ਨ ਦੀ ਮੈਂ ਪੀਡੀਐਫ ਤੁਹਾਨੂੰ ਤੇ ਸਿੰਬਲ ਦੀ ਪੀਡੀਐਫ ਦੋ ਪੀਡੀਐਫ ਆਲਰੇਡੀ ਟੈਲੀਗ੍ਰਾਮ ਦੇ ਉੱਤੇ ਸ਼ੇਅਰ ਕੀਤੀਆਂ ਹੋਈਆਂ ਨੇ ਤੁਹਾਨੂੰ ਮੈਂ ਦੱਸ ਵੀ ਦਵਾਂਗਾ ਉਹ ਵੀ ਮੇਰੇ ਕੋਲ ਇਸ ਟਾਈਮ ਆਪਾਂ ਵੀਡੀਓ ਦੇ ਵਿੱਚ ਕਵਰ ਕਰ ਲਾਂਗੇ ਕਿ ਉਹਦੇ ਵਿੱਚ ਤੁਸੀਂ ਕੀ ਕੀ ਕਵਰ ਕਰਨਾ ਠੀਕ ਆ ਜੀ ਆਪਣੇ ਟੈਲੀਗ੍ਰਾਮ ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ ਸੈਂਡ ਕੀਤੀ ਹੋਈ ਆ ਸੋ ਤੁਸੀਂ ਉਹ ਦੇਖ ਸਕਦੇ ਹੋ ਜਾ ਕੇ ਹਾਂਜੀ ਸਟੈਪ ਬਾਈ ਸਟੈਪ ਤੁਸੀਂ ਉਹ ਫੋਲੋ ਕਰਨਾ ਤੇ ਇਹਦੀ ਪੂਰੀ ਥੋੜੀ 30+ ਗਰੰਟੀ ਦੇ ਨਾਲ ਸਪੀਡ ਹੋ ਜਾਏਗੀ ਤੇ ਤੁਸੀਂ ਪੂਰਾ ਮਨ ਲਗਾ ਕੇ ਇਹਨੂੰ ਫੋਲੋ ਕਰਕੇ ਉਹ ਕਰੋਗੇ ਪਰ ਜੇਕਰ ਤੁਸੀਂ ਬਿਲਕੁਲ ਨਵੇਂ ਹੋ ਬੇਸਿਕ ਤੋਂ ਕਰ ਰਹੇ ਹੋ ਤਾਂ ਤੁਹਾਨੂੰ ਘੱਟ ਤੋਂ ਘੱਟ 5 ਤੋਂ 7 ਘੰਟੇ ਟਾਈਪਿੰਗ ਕਰਨੀ ਪੈਣੀ ਆ ਬਟ ਅਗਰ ਤੁਸੀਂ ਬਿਲਕੁਲ ਬੇਸਿਕ ਤੋਂ ਨਹੀਂ ਹੈ ਤੁਹਾਡੀ ਸਪੀਡ 20 ਦੀ ਸਪੀਡ ਹੈਗੀ ਆ ਤਾਂ ਤੁਹਾਨੂੰ ਇੰਨੇ ਘੰਟੇ ਦੇਣ ਦੀ ਜ਼ਰੂਰਤ ਨਹੀਂ ਪਵੇਗੀ ਤਾਂ ਘੱਟ ਟਾਈਮ ਲਾ ਕੇ ਵੀ ਤੁਸੀਂ ਵਧੀਆ ਸਪੀਡ ਬਣਾ ਸਕਦੇ ਹੋ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਪਹਿਲਾਂ ਅੱਖਰ ਸਿੱਖਣੇ ਆ ਤੁਸੀਂ ਜਿਹਦੇ ਵਿੱਚ ਕੇ ਪੀਡੀਐਫ ਵਾਲ ਕਰ ਸਿੱਖਣੀਆਂ ਤੇ ਇੱਕ ਉਹਦੇ ਸਿੰਬਲ ਹੁੰਦੇ ਆ ਸਿੱਧਾ ਤੁਸੀਂ ਆਨਲਾਈਨ ਟਾਈਪਿੰਗ ਨਹੀਂ ਕਰਦੇ ਹੁਣ ਉਹ ਜਿਹੜੇ ਅੱਖਰ ਨੇ ਉਹ ਕਿਹੜੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਮੈਂ ਇੱਕ ਮਿੰਟ ਦਿਓ ਮੈਨੂੰ ਬਸ ਇੱਕ ਮਿੰਟ ਦੇਣਾ ਬਸ ਸੋ ਇਹ ਆਪਣੀ ਹੈਗੀ ਆ ਜੀ ਜਿਹੜੀ ਇਹ ਬੁੱਕ ਹੈ ਜਿਹੜੀ ਕਿ ਮੈਂ ਆਲਰੇਡੀ ਤੁਹਾਨੂੰ ਉਹਦੇ ਉੱਤੇ ਸ਼ੇਅਰ ਕਰ ਦਿੱਤੀ ਹੋਈ ਆ ਠੀਕ ਆ ਜੀ ਸੋ ਇਹਦੇ ਉੱਤੇ ਸਾਰਾ ਤੁਹਾਨੂੰ ਇੱਕ ਇਸ ਬੁੱਕ ਦੇ ਵਿੱਚ ਮਿਲ ਜੇਗਾ ਇਸ ਬੁੱਕ ਦੇ ਵਿੱਚ ਤੁਸੀਂ ਕੀਬੋਰਡ ਦੇ ਨਾਲ ਕਿਹੜਾ ਅੱਖਰ ਪੈਂਦਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ Q ਦੇ ਨਾਲ ਔ ਪੈਂਦਾ ਵਾ A ਦੇ ਨਾਲ ਊੜਾ ਖੁੱਲੇ ਮੂੰਹ ਵਾਲਾ S ਦੇ ਨਾਲ A ਸਾਰਾ ਕੁਝ ਤੁਹਾਨੂੰ ਇਹਦੇ ਉੱਤੇ ਮਿਲ ਜਾਏਗਾ ਠੀਕ ਆ ਸੋ ਇਹਦੇ ਵਿੱਚ ਤੁਹਾਨੂੰ ਸਾਰਾ ਬਦ ਦਿੱਤਾ ਕਿ ਤੁਸੀਂ ਕਿੱਥੇ ਆਪਦੀ ਚੇਅਰ ਲਾਉਣੀ ਆ ਹਾਂ ਦੇਖੋ ਜੀ ਇਹਦੇ ਵਿੱਚ ਪਹਿਲੀ ਲਾਈਨ ਜਿਵੇਂ ਕਿ ਪਹਿਲਾ ਅਧਿਆਇ ਆ ਗਿਆ ਠੀਕ ਆ ਇਹਦੇ ਵਿੱਚ ਤੁਹਾਨੂੰ ਇਹ ਹੋ ਜਾਊਗਾ ਕਿ ਸ਼ਿਫਟ ਨਾਲ ਕਿਹੜਾ ਅੱਖਰ ਪੈਂਦਾ ਬਿਨਾ ਸ਼ਿਫਟ ਤੋਂ ਕਿਹੜਾ ਪੈਂਦਾ ਵਾ ਠੀਕ ਆ ਜਿੱਦਾਂ ਪਪਾ ਰਾਰਾ ਕਕਾ ਸਾਰੇ ਤੁਹਾਨੂੰ ਇਹਦੇ ਵਿੱਚ ਅੱਖਰ ਇਹ ਮਿਲ ਜਾਣਗੇ ਸੋ ਇਹ ਸਾਰਾ ਤੁਸੀਂ ਦੂਜੀ ਲਾਈਨ ਸ਼ਿਫਟ ਦੇ ਨਾਲ ਸ਼ਿਫਟ ਤੁਸੀਂ ਇਹਦੇ ਵਿੱਚ ਸਿਰਫ ਇਹ ਅਭਿਆਸ ਕਰਨੇ ਨੇ ਜਿਹੜੇ ਕਿ ਇਹਨਾਂ ਦੇ 6 ਜਿਹੜੇ ਕਿ ਤਿੰਨ ਲਾਈਨਾਂ ਆਪਣੀਆਂ ਹੁੰਦੀਆਂ ਨੇ ਤੇ ਸਿੰਬਲ ਸਿੰਬਲ ਤੁਸੀਂ ਪ੍ਰੈਕਟਿਸ ਕਰਦੇ ਆ ਠੀਕ ਆ ਸਿੰਬਲ ਦੀ ਪੀਡੀਐਫ ਵੀ ਮੈਂ ਆਲਰੇਡੀ ਸੈਂਡ ਕੀਤੀ ਹੋਈ ਆ ਠੀਕ ਆ ਜਦੋਂ ਤੁਸੀਂ ਇਹ ਸਾਰੀ ਕਰ ਲਈ ਠੀਕ ਆ ਜਦੋਂ ਤੁਹਾਨੂੰ ਅੱਖਰ ਆ ਗਏ ਤੁਹਾਨੂੰ ਪਤਾ ਲੱਗ ਗਿਆ ਕਿ ਏ ਨਾਲ ਕਿਹੜਾ ਅੱਖਰ ਪੈਂਦਾ ਇਸ ਨਾਲ ਕਿਹੜਾ ਪੈਂਦਾ ਸਿੰਬਲ ਕਿਹੜਾ ਕਿਹਦੇ ਨਾਲ ਪੈਂਦਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਉਸ ਤੋਂ ਬਾਅਦ ਤੁਸੀਂ ਸਿੱਧੀ ਆਨਲਾਈਨ ਦੀ ਤਿਆਰੀ ਨਹੀਂ ਕਰਨੀਗੀ ਠੀਕ ਆ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਕਿ ਆਹ ਵਾਲੀ ਪੀਡੀਐਫ ਓਪਨ ਕਰਨੀ ਆ ਤੁਸੀਂ ਵਰਡ ਦੇ ਵਿੱਚ ਠੀਕ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਪਹਿਲਾਂ ਤੁਸੀਂ ਪੀਡੀਐਫ ਤੋਂ ਉਹਨੂੰ ਫਾਲੋ ਕਰਕੇ ਅੱਖਰ ਸਿੱਖਣੇ ਆ ਕਿ ਉਹਦੇ ਨਾਲ ਕਿਹੜਾ ਬਣਦਾ ਤੁਸੀਂ YouTube ਚੈਨਲ ਵੀ ਸਰਚ ਕਰ ਸਕਦੇ ਹੋ ਜਿਹਦੇ ਉੱਤੇ ਕੁਝ ਚੈਨਲ ਇਦਾਂ ਦੇ ਰਹੇ ਨੇ ਜਿਨ੍ਹਾਂ ਨੇ ਕਿ ਪੰਜਾਬੀ ਟਾਈਪਿੰਗ ਬਾਰੇ ਦੱਸਿਆ ਹੋਇਆ ਹੈ ਕਿ ਕਿਹਦੇ ਨਾਲ ਕਿਹੜਾ ਅੱਖਰ ਪੈਂਦਾ ਬਸ ਐਂ ਆ ਕਿ ਉਸ ਨਾਲ ਥੋੜਾ ਜਿਹਾ ਟਾਈਮ ਤੁਹਾਨੂੰ ਥੋੜਾ ਜਿਹਾ ਵੱਧ ਲੱਗੇਗਾ ਅਗਰ ਤੁਸੀਂ ਖੁਦ ਕਰ ਲਓਗੇ ਇਸ ਤਰ੍ਹਾਂ ਪੀਡੀਐਫ ਤੋਂ ਦੇਖ ਕੇ ਤਾਂ ਤੁਹਾਨੂੰ ਜਲਦੀ ਕਵਰ ਹੋ ਜਾਊਗਾ ਠੀਕ ਆ ਜੀ ਹਾਂਜੀ ਐਕਸਰਸਾਈਜ਼ ਤੁਸੀਂ ਫੇਰ ਇਹ ਜਿਹੜੀ ਮੈਂ ਦਿੱਤੀ ਹੋਈ ਆ ਉਸ ਤੋਂ ਬਾਅਦ ਤੁਸੀਂ ਇਹ ਟਾਈਪ ਕਰਨੀਆਂ ਦੂਜਾ ਸਟੈਪ ਪਹਿਲਾ ਸਟੈਪ ਤੁਸੀਂ ਬੁੱਕ ਫਾਲੋ ਕਰ ਲਈ ਬੁੱਕ ਉਤੋਂ ਤੁਸੀਂ ਅੱਖਰ ਸਿੱਖ ਲਏ ਠੀਕ ਆ ਸਾਰੇ ਸਿੰਬਲ ਸਿੱਖ ਲਏ ਕਿ ਕਿਹੜਾ ਅੱਖਰ ਕਿਤੋਂ ਪੈਂਦਾ ਵਾ ਸਿਰਫ ਸਿੱਖਣਾ ਵਾ ਔਰ ਕੋਈ ਟੈਨਸ਼ਨ ਨਹੀਂ ਲੈਣੀ ਆਨਲਾਈਨ ਤੁਸੀਂ ਪਹਿਰਾ ਅਜੇ ਤੱਕ ਬਿਲਕੁਲ ਵੀ ਟਰਾਈ ਨਹੀਂ ਕਰਨਾ ਕਿਉਂਕਿ ਤੁਸੀਂ ਡੀਮੋਟੀਵੇਟ ਹੋ ਜਾਓਗੇ ਫੇਰ ਠੀਕ ਆ ਜੀ ਕਿਉਂਕਿ ਸਪੀਡ ਬਣਨੀ ਨਹੀਂਗੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਫੇਰ ਜਿਹੜੀਆਂ ਐਕਸਰਸਾਈਜ਼ ਜਿਹੜੀਆਂ ਮੈਂ ਦਿੱਤੀਆਂ ਹੋਈਆਂ ਤੁਸੀਂ ਇਹਨੂੰ ਚੱਕਣਾ ਜਦੋਂ ਡੇਲੀ ਇਹਦੇ ਤੇ ਕਰਨਾ ਜਿੰਨਾ ਵੀ 10 ਜਿੰਨੇ ਮਰਜ਼ੀ ਪੇਜ ਭਰ ਦੇਣ ਚਾਹੇ 100 ਪੇਜ ਭਰ ਦੇਵੇ 200 ਭਰ ਦੇਵੇ ਤੁਸੀਂ ਉਹਦੇ ਥੱਲੇ ਟਾਈਪ ਕਰੀ ਜਾਣਾ ਵਾ ਠੀਕ ਆ ਸੋ ਪੇਜ ਮਾਰ ਜਾਂ ਤੁਸੀਂ ਆਪਦਾ ਸੈੱਟ ਕਰ ਸਕਦੇ ਹੋ ਵਰਡ ਦੇ ਵਿੱਚ ਠੀਕ ਆ ਜਾ ਕੇ ਤੁਸੀਂ ਵੀ ਜਿੰਨਾ ਚਾਹੀ ਏ3 ਸਾਈਜ਼ ਰੱਖ ਲਓ ਏ4 ਰੱਖ ਲਓ ਏ3 ਦੇ ਵਿੱਚ ਥੋੜਾ ਜਿਹਾ ਵੱਡਾ ਹੋ ਜਾਏਗਾ ਠੀਕ ਆ ਜੀ ਸੋ ਉਸ ਤਰੀਕੇ ਦੇ ਨਾਲ ਤੁਸੀਂ ਆਪਦਾ ਫੌਂਟ ਸਾਈਜ਼ ਵਗੈਰਾ ਕੱਟ ਸਕਦੇ ਹੋ ਮੇਨਟੇਨ ਠੀਕ ਆ ਜੀ ਤੋ ਉਸ ਤੋਂ ਬਾਅਦ ਕੀ ਕਰਨਾ ਜੀ ਫੇਰ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਨਿਊਜ਼ਪੇਪਰ ਜਾਂ ਕੋਈ ਵੀ ਪੰਜਾਬੀ ਦੀ ਬੁੱਕ ਚੱਕਣੀ ਆ ਠੀਕ ਆ ਜੀ ਨਿਊਜ਼ਪੇਪਰ ਚੱਕ ਲਓ ਕੋਈ ਵੀ ਪੰਜਾਬੀ ਦੀ ਬੁੱਕ ਕੋਈ ਰਸਾਲਾ ਚੱਕ ਲਓ ਪੁਸਤਕ ਕੋਈ ਵੀ ਚੱਕ ਕੇ ਉਹਨੂੰ ਵਰਡ ਜਾਂ ਨੋਟਪੈਡ ਦੇ ਉੱਤੇ ਟਾਈਪ ਕਰਨਾ ਸ਼ੁਰੂ ਕਰਨਾ ਜਿਹੜਾ ਕਿ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਵੀ ਦੱਸਿਆਗਾ 30 ਤੋਂ 60 ਮਿੰਟ ਲਗਾਤਾਰ ਤੁਸੀਂ ਇੱਕ ਵਾਰ ਜੇ ਟਾਈਪਿੰਗ ਲਾਉਣੀ ਆ ਬੈਕਸਪੇਸ ਦਾ ਯੂਜ਼ਿੰਗ ਕਰਨਾ 3 ਤੋਂ 4 ਘੰਟੇ ਤੁਸੀਂ ਡੇਲੀ ਟਾਈਪ ਕਰਨਾ ਮੈਂ ਠੀਕ ਆ ਤੇ ਬ੍ਰੇਕ ਲੈ ਲੈ ਕੇ ਕਰਨਾ ਅਗਰ ਤੁਹਾਡੀ ਇੰਗਲਿਸ਼ ਦੀ ਟਾਈਪਿੰਗ ਬਿਲਕੁਲ ਜ਼ੀਰੋ ਆ ਤਾਂ ਇੰਗ ਬਿਲਕੁਲ ਨਮੀਓ ਬਿਲਕੁਲ ਨਮੀ ਤਾਂ ਨਾਲ ਹੋ ਸਕੇ ਤਾਂ ਇੰਗਲਿਸ਼ ਨੂੰ ਥੋੜਾ ਜਿਹਾ ਵੱਧ ਟਾਈਮ ਦੇ ਕੇ ਇੱਕ ਵਾਰੀ ਤੁਹਾਡਾ ਹੱਥ ਲੱਗ ਜਾਗਾ ਕਿ ਏ ਕੀ ਤੋਂ ਪੈਂਦਾ ਕਿਉਂ ਕੀ ਤੋਂ ਪੈਂਦਾ ਵਾ ਤੇ ਤੁਹਾਨੂੰ ਥੋੜਾ ਜਿਹਾ ਈਜ਼ੀ ਹੋ ਜਾਗਾ ਸੋ ਪਹਿਲਾਂ ਇੰਗਲਿਸ਼ ਥੋੜੀ ਜੀ ਤੇਜ਼ ਕਰਕੇ ਆਪਣੀ ਠੀਕ ਆ ਫਿਰ ਪੰਜਾਬੀ ਤੁਹਾਨੂੰ ਥੋੜੀ ਜੀ ਹੋਰ ਈਜ਼ੀ ਹੋ ਜਾਗੀ ਠੀਕ ਆ ਜੀ ਉਸ ਤੋਂ ਬਾਅਦ ਕੀ ਕਰਨਾ ਜੀ ਉਸ ਤੋਂ ਬਾਅਦ ਤੁਸੀਂ ਆਨਲਾਈਨ ਟਾਈਪਿੰਗ ਫੇਅਰ ਕਰਦਿਆਂ ਜਦੋਂ ਤੁਸੀਂ ਨਿਊਜ਼ਪੇਪਰ ਤੇ ਹੱਥ ਤੁਹਾਡਾ ਟੈਕ ਗਿਆ ਤੁਸੀਂ ਕੁਝ ਦਿਨ ਲਾ ਲੇ ਨਿਊਜ਼ਪੇਪਰ ਦੇ ਉੱਤੇ ਤੁਹਾਨੂੰ ਖੁਦ ਨੂੰ ਪਤਾ ਲੱਗਣ ਲੱਗ ਜੂਗਾ ਕਿ ਹਾਂ ਹੁਣ ਮੈਨੂੰ ਅੱਖਰ ਮੇਰੇ ਟਿਪਸ ਦੇ ਉੱਤੇ ਹੋ ਗਿਆ ਤੁਹਾਨੂੰ ਅੱਖਰ ਯਾਦ ਨਾ ਕਰਨਾ ਪਵੇ ਉਦੋਂ ਤੁਸੀਂ ਆਨਲਾਈਨ ਸ਼ੁਰੂ ਕਰਦਿਆਂ ਵਿੱਚ ਦੇ ਤੁਸੀਂ ਲਗਾ ਵੀ ਸਕਦੇ ਹੋ ਅਗਰ ਤੁਹਾਡਾ ਮਨ ਹੋਵੇ ਪਰ ਤੁਸੀਂ ਡੀਮੋਟੀਵੇਟ ਹੋਮੋਗੇ ਉਹਦੇ ਤੇ ਤੇ ਫਿਰ ਉਹਦੇ ਵਿੱਚ ਤੁਹਾਨੂੰ ਘਬਰਾਹਟ ਹੋਏਗੀ ਠੀਕ ਹੈ ਜੀ ਫਿਰ ਸੋ ਉਹਦੇ ਲਈ ਜ਼ਰੂਰੀ ਆ ਕਿ ਜਿੰਨਾ ਟਾਈਮ ਤੁਹਾਡਾ ਹੱਥ ਨਹੀਂ ਟੈਕਦਾ ਜਿੰਨਾ ਟਾਈਮ ਅੱਖਰ ਤੁਹਾਨੂੰ ਪੂ ਜੇ ਅਜੇ ਵੀ ਸਪੀਡ 30 ਤੋਂ ਥੋੜੀ ਘੱਟ ਆ ਰਹੀ ਆ ਫਿਰ ਤੁਸੀਂ ਕੀ ਕਰਨਾ ਕਿ ਆਫਲਾਈਨ ਥੋੜੇ ਦਿਨ ਕਰਨਾ ਠੀਕ ਆ ਆਫਲਾਈਨ ਕੁਝ ਦਿਨ ਕਰੋ ਤੇ ਨਾਲ ਆਨਲਾਈਨ ਵੀ ਜਾਰੀ ਰੱਖੋ ਫਿਰ ਥੋੜਾ ਜਿਹਾ ਟਾਈਮ ਤੁਸੀਂ ਕੁਝ ਟਾਈਮ ਤੁਸੀਂ ਆਫਲਾਈਨ ਥੋੜਾ ਜਿਹਾ ਵੱਧ ਟਾਈਮ ਦੇ ਦਿਓ ਤੇ ਆਨਲਾਈਨ ਥੋੜਾ ਜਿਹਾ ਘਟਾ ਫਿਰ ਤੁਹਾਨੂੰ ਮਿਕਸ ਅਪ ਕਰਨਾ ਪੈਣਾ ਵਾ ਜਦੋਂ ਵੀ ਤੁਹਾਡੀ ਸਪੀਡ 20 ਦੇ ਆਸ-ਪਾਸ ਹੋ ਗਈ ਨਾ 20 ਦੇ ਡਾਇਰੈਕਟ ਤੁਸੀਂ ਇਹ ਦੇਖੋ ਜਦੋਂ ਤੁਹਾਡੀ ਆਨਲਾਈਨ ਦੇ ਉੱਤੇ 20 ਦੀ ਸਪੀਡ ਆਉਣ ਲੱਗੀ ਨਾ ਤਾਂ ਥੋੜਾ ਥੋੜਾ ਤੁਸੀਂ ਆਫਲਾਈਨ ਵੀ ਲਾਓ ਨਾਲ ਤੁਸੀਂ ਆਨਲਾਈਨ ਵੀ ਕਰ ਕਿਉਂਕਿ ਅਗਰ ਜਿਨ੍ਹਾਂ ਨੇ ਹੁਣੇ ਪੇਪਰ ਦੇਣਾ ਵਾ ਉਹਨੂੰ ਨਾਲ ਆਨਲਾਈਨ ਵੀ ਥੋੜੀ ਬਹੁਤ ਦੇਣੀ ਪੈਣੀ ਆ ਤੇ ਅਗਰ ਤੁਸੀਂ ਅ ਅਗਲਾ ਪੇਪਰ ਦੇਣਾ ਵਾ ਠੀਕ ਹੈ ਅਜੇ ਨਹੀਂ ਆਣਾ ਤੇ ਫਿਰ ਉਸ ਲਈ ਤੁਹਾਨੂੰ ਟਾਈਮ ਦੇਣਾ ਪੈਣਾ ਵਾ ਥੋੜਾ ਜਿਆ ਹੁਣ ਤੁਹਾਨੂੰ ਆਫਲਾਈਨ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਵਾ ਜਿੱਦੀ ਸਪੀਡ 20 ਤੋਂ ਘੱਟ ਆ ਰਹੀ ਹੈ ਠੀਕ ਹੈ ਜਿੱਦੀ ਵੱਧ ਆ ਰਹੀ ਹੈ ਉਹ ਥੋੜਾ ਬਹੁਤ ਮਿਕਸ ਅਪ ਕਰਕੇ ਆਪਦਾ ਕਰ ਸਕਦਾ ਵ ਸੋ ਜੇਕਰ ਹੁਣ ਤੁਹਾਨੂੰ ਮੈਂ ਦੱਸਦਾ ਕਿ ਜਦੋਂ 30 ਪਲੱਸ ਸਪੀਡ ਹੋਗੀ ਤਾਂ ਤੁਸੀਂ ਕੀ ਕਰਨਾ ਆਨਲਾਈਨ ਜ਼ਿਆਦਾ ਟਾਈਪ ਕਰਨਾ ਆਫਲਾਈਨ ਘੱਟ ਕਰਨਾ ਠੀਕ ਆ ਆਫਲਾਈਨ ਇਦਾਂ ਨਹੀਂ ਕਿ ਤੁਸੀਂ ਬੰਦ ਕਰਨਾ ਕਿਉਂਕਿ ਆਪਣਾ ਟਾਰਗੇਟ 40 ਪਲੱਸ ਦਾ ਹੋਣਾ ਚਾਹੀਦਾ ਕਿਉਂਕਿ ਜੇ ਇੱਥੇ ਆਪਣੀ 40 ਆਏਗੀ ਤਾਂ ਉੱਥੇ ਜਾ ਕੇ ਆਪਣੀ 32 33 ਨਿਕਲੇਗੀ ਸੋ ਟਾਈਪਿੰਗ ਦੇ ਵਿੱਚ ਤੁਸੀਂ ਇੱਕ ਐਕੂਰੇਸੀ ਮੇਨਟੇਨਰ ਰੱਖਣੀ ਆ ਪਹਿਲਾਂ ਜਦੋਂ ਤੁਸੀਂ ਇੱਕ ਵਾਰੀ ਸਟਾਰਟ ਕਰੋਗੇ ਉਸ ਟਾਈਮ ਤੁਸੀਂ ਐਕੂਰੇਸੀ ਦਾ ਧਿਆਨ ਨਾ ਵੀ ਦਿਓਗੇ ਕੋਈ ਦਿੱਕਤ ਨਹੀਂ ਬਟ ਜਦੋਂ ਤੁਹਾਡੀ ਇੱਕ ਵਾਰੀ 30 ਪਲੱਸ ਸਪੀਡ ਹੋਣ ਲੱਗ ਗਈ ਫਿਰ ਤੁਸੀਂ ਐਕੂਰੇਸੀ ਦਾ ਪੂਰਾ ਧਿਆਨ ਦੇਣਾ ਕਿਉਂਕਿ ਪਹਿਲਾਂ ਤਾਂ ਤੁਸੀਂ ਬੈਕਸਪੇਸ ਨਹੀਂ ਯੂਜ਼ ਕਰਨੇ ਜਦੋਂ ਤੁਹਾਡੀ 35 ਤੋਂ ਉੱਪਰ ਦੀ ਟਾਈਪਿੰਗ ਸਪੀਡ ਹੋ ਗਈ ਠੀਕ ਆ ਉਸ ਤੋਂ ਬਾਅਦ ਤੁਸੀਂ ਥੋੜੀ ਬਹੁਤ ਬੈਕਸਪੇਸ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਸੋ ਇਹ ਵੀ ਹੋ ਗਿਆ ਆਪਣਾ ਹੁਣ ਆ ਗਿਆ ਜੀ ਠੀਕ ਹੈ ਜੀ ਹੁਣ ਸਾਰਿਆਂ ਨੂੰ 올 ਦੀ ਬੈਸਟ ਇਹ ਵਾਲੀ ਪੀਡੀਐਫ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ ਹੁਣ ਪੀਡੀਐਫ ਦੇ ਵਿੱਚ ਹੈਕ ਕੀ ਕੀ ਆ ਇੱਕ ਵਾਰ ਤੁਸੀਂ ਥੋੜ ਇਹਨੂੰ ਤੁਸੀਂ ਸਾਰੇ ਪੇਜ ਦੇ ਉੱਤੇ ਥੱਲੇ ਤੱਕ ਟਾਈਪ ਕਰਨਾ ਵਾ ਠੀਕ ਆ ਜਦੋਂ ਤੁਹਾਡਾ ਇਹ ਟਾਈਪ ਹੋ ਜAVE ਠੀਕ ਆ ਉਸ ਤੋਂ ਬਾਅਦ ਤੁਸੀਂ ਜਿਹੜੇ ਦੂਸਰੇ ਅੱਖਰ ਨੇ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਕ ਕ ਖ ਖ ਗਾ ਇਸੇ ਤਰ੍ਹਾਂ ਤੁਸੀਂ ਇਹਦੇ ਥੱਲੇ ਥੱਲੇ ਟਾਈਪ ਕਰੀ ਜਾਣਾ ਜਿੱਦਾਂ ਮੈਂ ਆ ਯੈਲੋ ਵਾਲਾ ਤੁਹਾਡਾ ਮੰਨ ਲਓ ਐਕਸਰਸਾਈਜ਼ ਦਾ ਕੁਐਸਚਨ ਆ ਉਹਦੇ ਥੱਲੇ ਥੱਲੇ ਤੁਸੀਂ ਸੇਮ ਤੋਂ ਸੇਮ ਉਹ ਟਾਈਪ ਕਰ ਜਿਨਾ ਇਧਰ ਇਧਰਲੀ ਸਾਈਡ ਤੁਸੀਂ ਹੋਰ ਵਧਾ ਸਕਦੇ ਹੋ ਠੀਕ ਹੈ ਅਗਰ ਤੁਸੀਂ ਵਧਾਉਣਾ ਹੋਵੇ ਇਧਰਲੀ ਸਾਈਡ ਹੋਰ ਵਧਾ ਸਕਦੇ ਹੋ ਮਾਰਜਨ ਜਿੰਨਾ ਤੁਹਾਨੂੰ ਸਹੀ ਲੱਗੇ ਠੀਕ ਹੈ ਜੀ ਸੋ ਇਹ ਸਾਰਾ ਤੁਸੀਂ ਫੋਲੋ ਕਰਨਾ ਇੱਕ ਤਾਂ ਹੋ ਗਈ ਪਹਿਲੀ ਐਕਸਰਸਾਈਜ਼ ਦੇ ਵਿੱਚ ਤਾਂ ਮੈਂ ਸਾਰੇ ਠੀਕਾ ਅੜਾੜੇ ਤੱਪ ਜਿਹੜੇ ਆਪਣੇ ਛੱਛੇ ਪੈਰ ਬਿੰਦੀ ਵਾਲੇ ਅੱਖਰ ਹੁੰਦੇ ਨੇ ਉਹ ਵੀ ਮੈਂ ਤੁਹਾਡੇ ਐਡ ਕਰਦੇ ਹੋਏ ਆ ਸੋ ਨੈਕਸਟ ਆਪਣਾ ਆ ਜਾਏਗਾ ਜੀ 2 ਨੰਬਰ ਐਕਸਰਸਾਈਜ਼ ਦੇ ਵਿੱਚ ਗੁਰਮੁਖੀ ਅੱਖਰ ਦੇ ਦੇ ਨਾਲ ਸਵਰ ਮੈਂ ਇਕੱਠੇ ਲਿਖਦੇ ਹੋਇਆ ਠੀਕ ਆ ਹੁਣ ਇਕੱਠੇ ਤੁਹਾਡੇ ਅੱਖਰ ਹੋ ਗਏ ਹੋਏ ਆ ਤੇ ਜਿੰਨੇ ਵੀ ਅੱਖਰ ਨੇ ਸਾਰੇ ਤੁਸੀਂ ਇਹਦੇ ਸੇਮ ਟੂ ਸੇਮ ਥੱਲੇ ਟਾਈਪ ਕਰੀ ਜਾਣੇ ਨੇ ਠੀਕ ਆ ਸੋ ਸਪੀਡ ਦੇ ਵਿੱਚ ਕਰਨੇ ਆ ਠੀਕ ਆ ਜਿਆਦਾ ਤੁਸੀਂ ਉਹ ਨਹੀਂ ਕਰਨਾਗਾ ਕਿ ਹੌਲੀ ਹੌਲੀ ਨਹੀਂ ਕਰਨਾਗਾ ਸਪੀਡ ਦੇ ਵਿੱਚ ਟਾਈਪ ਕਰਨਾਗਾ ਉਸ ਤੋਂ ਬਾਅਦ ਤੁਹਾਡਾ ਆਹ ਆ ਗਿਆ ਠੀਕ ਆ ਉਹਦੇ ਨਾਲ ਸੇਮ ਟੂ ਸੇਮ ਉਹੀ ਚੀਜ਼ ਆ ਗਈ ਤੁਹਾਡੀ ਜਿਹੜੇ ਕਿ ਤੁਹਾਡੇ ਸਵਰ ਹੋ ਜਾਂਦੇ ਆ ਜਿਵੇਂ ਊੜਾ ਜਿਹੜੇ ਕਿ ਸ਼ਿਫਟ ਦੇ ਨਾਲ ਜ਼ਿਆਦਾਤਰ ਅੱਖਰ ਪੈਂਦੇ ਨੇ ਉਹ ਸਾਰੇ ਤੁਸੀਂ ਸੇਮ ਟੂ ਸੇਮ ਇਸੇ ਤਰ੍ਹਾਂ ਟਾਈਪ ਕਰਦੇ ਆ ਥੱਲੇ ਕਰ ਜਾਣੇ ਆ ਥੱਲੇ ਨਾਲ ਤੁਸੀਂ ਮਾਰ ਦੇਣ ਵਧਾਈ ਜਾਣਾ ਜਿੱਦਾਂ ਇੱਕ ਓੰਕਾਰ ਵਿੱਚ ਦੀ ਕਈ ਵਾਰ ਆ ਜਾਂਦਾ ਵਾ ਠੀਕ ਆ ਜੀ ਉਹਦੇ ਵਿੱਚ ਤੁਹਾਨੂੰ ਪਤਾ ਹੋਏਗਾ ਕਿ ਕੰਟਰੋਲ ਪਲੱਸ ਆਲਟ ਠੀਕ ਆ ਜੀ ਤੇ ਪਲੱਸ ਤੁਸੀਂ ਸ਼ਿਫਟ ਲੈਫਟ ਤੋਂ ਠੀਕ ਆ ਜੀ ਤੇ ਪਲੱਸ ਤੁਸੀਂ ਐਕਸ ਯੂਜ਼ ਕਰੋਗੇ ਇਹ ਚਾਰ ਅੱਖਰ ਤੁਸੀਂ ਇਕੱਠੇ ਦਬੋਗੇ ਤਾਂ ਤੁਹਾਡਾ ਇੱਕ ਓੰਕਾਰ ਪੈ ਜਾਏਗਾ ਠੀਕ ਆ ਜੀ ਸੋ ਅਗਰ ਪੈਰ ਦੇ ਵਿੱਚ ਅੱਖਰ ਕਿੱਦਾਂ ਪੈਂਦੇ ਆ ਠੀਕ ਆ ਜੋ ਉੱਪਰ ਵਾਲੇ ਜੋ ਆਪਣੇ ਸਿੰਬਲ ਹੁੰਦੇ ਨੇ ਠੀਕ ਆ ਉਹਦੇ ਨਾਲ ਪੌਲਟ ਦੇ ਨਾਲ ਲੈਫਟ ਆਲਟ ਦੇ ਨਾਲ ਪੈਂਦੇ ਨੇ ਸੋ ਇਹ ਸਾਰੇ ਤੁਹਾਨੂੰ ਯਾਦ ਹੋ ਜਾਣਗੇ ਸੋ ਇਹਦੇ ਥੱਲੇ ਥੱਲੇ ਤੁਸੀਂ ਟਾਈਪ ਕਰੀ ਜਾਣਾ ਬਸ ਆਹ ਲਾਈਨ ਦੇ ਵਿੱਚ ਟਾਈਪ ਕਰ ਲਿਆ ਇਹਦੇ ਵਿੱਚ ਕਰ ਲਿਆ ਇਹਦੇ ਵਿੱਚ ਕਰ ਲਿਆ ਇਸੇ ਤਰ੍ਹਾਂ ਤੁਸੀਂ ਟਾਈਪ ਕਰੀ ਜਾਣਾ ਚਾਹੇ ਤੁਹਾਡਾ ਮੈਂ ਤੁਹਾਨੂੰ ਕਿਹਾ ਕਿ ਚਾਹੇ 100 ਪੇਜ ਭਰ ਜਵੇ 200 ਭਰ ਜਵੇ ਤੁਸੀਂ ਨਾਲ ਦੀ ਨਾਲ ਸੇਵ ਕਰੀ ਜਾਣਾ ਮੈਂ ਠੀਕ ਆ ਹੁਣ ਆ ਲਗਾ ਅੱਖਰੋਗੇ ਜਿਹੜੇ ਆਪਣੇ ਮਤਲਬ ਕੋਨਾ ਆਪਣਾ ਹੋ ਗਿਆ ਹੋੜਾ ਹੋ ਗਿਆ ਘਣੋੜਾ ਹੋ ਗਿਆ ਲਾਵਾ ਹੋ ਗਿਆ ਦਲਾਵਾ ਹੋ ਗਿਆ ਸਿਹਾਰੀ ਵਿਹਾਰੀ ਸਿਕਾ ਔਂਕੜ ਕੰਨਾ ਜੋ ਸਾਰਾ ਵੀ ਤੁਹਾਡੇ ਜੋ ਬਿੰਦੀ ਵਗੈਰਾ ਹੋ ਗਏ ਸਾਰੇ ਤੁਹਾਡੇ ਅੱਖਰ ਇਹਦੇ ਵਿੱਚ ਕਵਰ ਹੋ ਜਾਣਗੇ ਤੇ ਥੱਲੇ ਕਿਉਂਕਿ ਇਹਦੇ ਨਾਲ ਤੁਹਾਡਾ ਬੇਸਿਕ ਇਨਾ ਸਟਰੋਂਗ ਹੋ ਜਾਊਗਾ ਕਿ ਜਦੋਂ ਤੁਸੀਂ ਪੈਰਾ ਖੁਦ ਲਾਉਂਗੇ ਤਾਂ ਤੁਹਾਨੂੰ ਬਹੁਤ ਬੈਨੀਫਿਟ ਮਿਲੇਗਾ ਹੁਣ ਦੇਖੋ ਜੀ ਇੱਕ ਆ ਚੀਜ਼ ਤੁਸੀਂ ਜ਼ਰੂਰ ਕਰਨੀ ਆ ਕਿਉਂਕਿ ਪਿਛਲੀ ਵਾਰ ਕੀ ਹੋਇਆ ਸੀ ਨਾ ਜਿਹੜੇ ਗੁਰਮੁਖੀ ਲਿਪੀ ਦੇ ਥੋੜੇ ਜਿ ਇਸ ਤਰ੍ਹਾਂ ਦੇ ਪੈਰੇ ਦੇ ਵਿੱਚ ਜਿੱਦਾਂ ਕਿ ਬਾਕੀ 9 ਪੈਰੇ ਹੋਵਾਂਗੇ ਤੇ ਇੱਕ ਪੈਰੇ ਹੋਏ ਅੱਜ ਮੈਂ ਊੜਾ ਲੱਲਾ ਜਾੜਾੜਾ ਸ਼ਸ਼ਾ ਖਖਾ ਇਸ ਤਰ੍ਹਾਂ ਉਲਟ ਫੋਲਟ ਕਰਕੇ ਜਿਵੇਂ ਮੇਰਾ ਇਹ ਦਿੱਤਾ ਹੋਇਆ ਨਾ ਉਸ ਤੋਂ ਬਾਅਦ ਤੁਸੀਂ ਇਹਨੂੰ ਕਾਪੀ ਕਰਨਾ ਮੈਂ ਠੀਕ ਹੈ ਅਗਲੇ ਪੈਰੇ ਦੇ ਉੱਤੇ ਲੈ ਜਾਓ ਤੇ ਉਹਦੇ ਵਿੱਚ ਥੋੜੇ ਜਿਹੇ ਅੱਖਰ ਇੱਧਰ ਉੱਧਰ ਕਰ ਦਿਓ ਇੱਕ ਵਾਰੀ ਲਾਈਨ ਵਾਰ ਕਰ ਦਿਓ ਜਿਵੇਂ ਊੜਾੜੀ ਸਹਾ ਉਹ ਆਪਾਂ ਉੱਪਰ ਦਿੱਤਾ ਹੀ ਹੋਇਆ ਵਾ ਥੋੜਾ ਦੇਖੋਗੇ ਜਦੋਂ ਵੀ ਪੇਪਰ ਦੇ ਵਿੱਚ ਕੋਈ ਔਖਾ ਪੈਰਾ ਆਊਗਾ ਉਹ ਇਸ ਤਰ੍ਹਾਂ ਦੇ ਵਿੱਚ ਹੀ ਆਊਗਾ ਕਿ ਉਹਨਾਂ ਨੇ ਤਰਤੀਬ ਵਾਸਤੋਂ ਉਹਨੂੰ ਦੇ ਦੇਉਗੇ ਅਗਰ ਤੁਸੀਂ ਸਿੰਪਲ ਟਾਈਪ ਕਰਨ ਲੱਗੋਗੇ ਨਾ ਉਹ ਤੁਹਾਡੇ ਦਾ ਸਿੰਪਲ ਜੋ ਅੱਖਰ ਹੈ ਠੀਕ ਹੈ ਪੂਰਾ ਵਰਡ ਪੈਂਦਾ ਹੈ ਉਹ ਤੁਹਾਡੇ ਲਈ ਸੌਖ ਜਿਹਾ ਸਿੰ ਸੋ ਇੱਕ ਪੈਰਾ ਇਹਦਾ ਵੀ ਵਿੱਚ ਦੀ ਆ ਸਕਦਾ ਵਸੋ ਇਹਦੇ ਲਈ ਵੀ ਤੁਹਾਨੂੰ ਤਿਆਰ ਰਹਿਣਾ ਪੈਣਾ ਠੀਕ ਆ ਸੋ ਆਫਲਾਈਨ ਕਰਨ ਦਾ ਇਹੀ ਬੈਨੀਫਿਟ ਹੈ ਕਿ ਤੁਹਾਨੂੰ ਸਾਰੇ ਅੱਖਰ ਕਿਉਂਕਿ ਐਕਚੁਅਲ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਇਹੀ ਅੱਖਰ ਨੇ ਜਿਹੜੇ ਕਿ ਪੰਜਾਬੀ ਫੌਂਟ ਦੇ ਵਿੱਚ ਰਾਵੀ ਦੇ ਵਿੱਚ ਯੂਜ਼ ਹੁੰਦੇ ਨੇ ਇਹੀ ਅੱਖਰ ਜਦੋਂ ਤੁਹਾਡੇ ਟਿਪਸ ਦੇ ਉੱਤੇ ਆ ਗਏ ਤਾਂ ਜਿਹਹ ਜ ਮਰਜੀ ਪੈਰਾ ਆ ਜਾਵੇ ਫਿਰ ਤੁਹਾਨੂੰ ਤੁਹਾਨੂੰ ਦਾ ਸਿਰਫ ਅੱਖਰ ਯਾਦ ਹੋਣੇ ਚਾਹੀਦੇ ਆ ਨਾ ਸੋ ਇਹ ਸਾਰੇ ਤੁਹਾਨੂੰ ਅੱਖਰ ਹੋ ਜਾਣਗੇ ਸੋ ਇਸ ਦੇ ਨਾਲ ਸਿੰਬਲ ਬਹੁਤ ਇੰਪੋਰਟੈਂਟ ਆ ਇਹ 40 ਇੰਪੋਰਟੈਂਟ ਸਿੰਬਲ ਮੈਂ ਐਡ ਕੀਤੇ ਨੇ ਇਹ ਸਾਰੇ ਸੇਮ ਟੂ ਸੇਮ ਇਸੇ ਤਰ੍ਹਾਂ ਤੁਸੀਂ ਮੈਂ ਬਾਰ-ਬਾਰ ਕਹਿ ਰਿਹਾ ਵਰਡ ਦੀ ਫਾਈਲ ਆ ਮਾਈਕਰੋਸਾਫਟ ਵਰਡ ਚਾਹੀਏ ਨੂੰ ਨੋਟਪੈਡ ਦੇ ਵਿੱਚ ਕਾਪੀ ਕਰ ਲਿਓ ਤੁਸੀਂ ਠੀਕ ਆ ਸੋ ਇਹਨੂੰ ਤੁਸੀਂ ਵਰਡ ਦੀ ਫਾਈਲ ਨੂੰ ਇਹਦੇ ਵਿੱਚ ਆਪਦੇ ਕੰਪਿਊਟਰ ਦੇ ਵਿੱਚ ਕਾਪੀ ਕਰਨਾ ਦੇਖ ਕੇ ਟਾਈਪ ਕਰਨ ਦੀ ਕੋਈ ਲੋੜ ਨਹੀਂ ਗਈ ਤੁਹਾਨੂੰ ਸਿੱਧਾ ਤੁਸੀਂ ਕਾਪੀ ਕਰੋਗੇ ਇਹਨੂੰ ਮੈਂ ਟੈਲੀਗ੍ਰਾਮ ਦੇ ਉੱਤੇ ਸ਼ੇਅਰ ਕਰ ਦਿੰਦਾ ਮੈਂ ਦੈਨ ਜਦੋਂ ਤੁਸੀਂ ਇਹਨੂੰ ਕਾਪੀ ਕਰੋਗੇ ਤਾਂ ਇਹਦੇ ਥੱਲੇ ਤੇ ਸਾਰਾ ਤੁਹਾਡਾ ਮਟੀਰੀਅਲ ਤੁਹਾਡੇ ਕੋਲੇ ਆ ਜਾਏਗਾ ਤੇ ਇਹਦੇ ਥੱਲੇ ਥੱਲੇ ਤੁਸੀਂ ਟਾਈਪ ਕਰਨਾ ਇਹਦੇ ਨਾਲ ਤੁਹਾਡਾ ਟਾਈਮ ਬਹੁਤ ਜ਼ਿਆਦਾ ਬਚੇਗਾ ਤੇ ਤੁਸੀਂ ਇਹ ਵੀ ਜ਼ਿਆਦਾ ਨਹੀਂ ਹੋਏਗਾ ਕਿ ਕੋਈ ਚੀਜ਼ ਰਹਿ ਤਨਗੀ ਕਿਉਂਕਿ ਇਹਦੇ ਵਿੱਚ ਲਗਭਗ ਅਭੀ ਬਜਾ ਦੇ ਵਿੱਚ ਦੀ ਉਸ ਹੁੰਦੇ ਨੇ ਠੀਕ ਆ ਉਹ ਸਾਰੇ ਆਪ ਆ ਦੇਖੋ ਜੀ ਹੁਣ ਹੁਣ ਗੁਰਮੁਖੀ ਦੇ ਜਿਹੜੇ ਅੱਖਰ ਹੁੰਦੇ ਨੇ ਠੀਕ ਆ ਜੀ ਜੋ ਆਪਣੇ ਸਿੰਬਲ ਹੁੰਦੇ ਨੇ ਠੀਕ ਆ ਜੀ ਜੋ ਆਪਣੇ ਨੰਮਰਿਕਲ ਹੁੰਦੇ ਨੇ ਠੀਕ ਆ ਜੀ ਸੋ ਇਹ ਵੀ ਆਪਾਂ ਐਡ ਕੀਤੇ ਹੋਏ ਆ ਸਿੰਬਲ ਸਾਰੇ ਐਡਾ ਸਾਰੇ ਤੁਹਾਡੇ ਸਾਰਾ ਕੁਝ ਤੁਹਾਡਾ ਐਡਾ ਇਹਦੇ ਵਿੱਚ ਠੀਕ ਆ ਜੀ ਆ ਇੱਕ ਨਾ ਇਹ ਤੁਹਾਨੂੰ ਜ਼ਰੂਰੀ ਕਰਨ ਦੇ ਬਣਾਂਗਾ ਕਿ ਪੇਪਰ ਦੇ ਵਿੱਚ ਇਹ ਆਉਂਦਾ ਵਾ ਠੀਕ ਆ ਇਹਦਾ ਤੁਹਾਨੂੰ ਪਤਾ ਹੀ ਹੋਏਗਾ ਕਿ ਲੈਫਟ ਕੰਟਰੋਲ ਆਲਟ ਪਲੱਸ ਉੱਪਰ ਵਾਲੇ ਨੰਮਰਿਕਲ ਦੇ ਨਾਲ ਇਹ ਪੈਂਦਾ ਵਾ ਸਾਰੇ ਅੱਖਰ ਸੋ ਤਿੰਨਾਂ ਨਾ 3 ਪੈਗਾ ਤੁਹਾਨੂੰ ਆ ਬਾਕੀ ਸਾਰੇ ਤਾਂ ਜ਼ਿਆਦਾ ਤੁਹਾਨੂੰ ਔਖੇ ਨਹੀਂ ਲੱਗਣਗੇ ਇਹਦੇ ਵਿੱਚ ਤੁਹਾਨੂੰ ਇੱਕ ਤਾਂ 4 ਯਾਦ ਕਰਨਾ ਪੈਣਾ ਕਿਉਂਕਿ 4 ਇਸ ਤਰ੍ਹਾਂ ਲੱਗਦਾ ਕਿ ਪੁੱਠਾ 8 ਆ ਇਹਨੂੰ ਯਾਦ ਕਰਨ ਦੀ ਟੈਕਨੀਕ ਇਹੀ ਆ ਕਿ ਜਦੋਂ ਤੁਸੀਂ ਠੀਕ ਹੈ ਜੀ ਪੰਜ ਲਈ ਪੰਜ ਤੁਹਾਨੂੰ ਯਾਦ ਹੋ ਜਾਏਗਾ ਕਿ ਪੰਜ ਤੇ ਦਾ ਤੁਹਾਨੂੰ ਐਂ ਸਮਝ ਲਓਗੇ ਪੰਜ ਪਪਈ ਵਾਂਗੂ ਦੇਖਦਾ ਵਾ ਤੇ 6 ਥੋੜਾ ਜਿਹਾ ਔਖਾ ਹੁੰਦਾ 6 ਦੇ ਵਿੱਚ ਥੋੜਾ ਜਿਹਾ ਇਦਾਂ ਹੁੰਦਾ ਕਿ 6 ਥੋੜਾ ਜਿਹਾ ਹੋਰੀ ਤਰੀਕੇ ਦੇ ਵਿੱਚ ਪਾਇਆ ਹੁੰਦਾ ਵਾ ਇਹਦੇ ਵਿੱਚ ਤੁਹਾਨੂੰ ਔਖਾ ਲੱਗੂਗਾ 7 ਆ ਵੀ ਤੁਹਾਨੂੰ ਔਖਾ ਨਹੀਂ ਕਰੂਗਾ 8 ਤੇ 9 ਦੇ ਵਿੱਚ ਸਮ ਟਾਈਮ ਕਨਫਿਊਜ਼ ਹੁੰਦਾ ਕਿਉਂਕਿ ਜਿਹੜਾ 8 ਹੁੰਦਾ ਉਹਦਾ ਸਿੰਪਲ ਇਸ ਤਰ੍ਹਾਂ ਪੈ ਰਿਹਾ ਵਾ ਬਟ ਜਿਹੜਾ 9 ਵਾ 9 ਦੀ ਇੱਕ ਗੁੰਡੀ ਉੱਪਰ ਨੂੰ ਮੁੜ ਰਹੀ ਆ ਸੋ ਤੁਹਾਨੂੰ ਪਤਾ ਲੱਗ ਜਾਏਗਾ ਠੀਕ ਆ ਸੋ 0 ਸੇਮ ਟੂ ਸੇਮ ਹੋਮੋਫੇਸ ਸੋ ਇਹ ਸਾਰਾ ਆਪਣਾ ਕਰ ਲਿਆ ਜਦੋਂ ਤੁਹਾਡਾ ਹੱਥ ਫਿਕ ਗਿਆ ਇਹਦੇ ਉੱਤੇ ਫਿਰ ਉਸ ਤੋਂ ਬਾਅਦ ਤੁਸੀਂ ਅਗਲਾ ਕਿ ਜਸਤੇ ਟਾਈਪਿੰਗ ਕਰਦੇ ਰਹੋ ਆਫਲਾਈਨ ਵੀ ਕਰੋ ਨੋਟਪੈਡ ਦੇ ਉੱਤੇ ਵਰਡ ਜਾਂ ਉਹਦੇ ਤੇ ਉੱਤੇ ਕਰੋ ਉਸ ਤੋਂ ਬਾਅਦ ਤੁਸੀਂ ਆਨਲਾਈਨ ਕਰੋਗੇ ਤਾਂ ਤੁਹਾਡੀ ਸਪੀਡ ਗਰੰਟਡ 30 ਪਲੱਸ ਉਹ ਵੀ ਦਿਨਾਂ ਦੇ ਵਿੱਚ ਜਾਏਗੀ ਠੀਕ ਹੈ ਦਿਨਾਂ ਦੇ ਵਿੱਚ ਸੋ ਇਹਦੇ ਨੂੰ ਤੁਸੀਂ ਫੋਲੋ ਕਰਕੇ ਦੇਖੋ ਇੱਕ ਵਾਰੀ ਠੀਕ ਹੈ ਸੋ ਇਹਦੇ ਨਾਲ ਇਦਾਂ ਕਿ ਤੁਹਾਡਾ ਆਪਦਾ ਵੀ ਟਾਈਮ ਬਹੁਤ ਸੇਵ ਹੋਏਗਾ ਸੋ ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਜੋ ਜੋ ਕਿ ਅੱਖਰ ਹੈ ਸੋ ਮੈਂ ਖੁਦ ਟਾਈਪ ਕੀਤਾ ਵਾ ਵਰਡ ਦੇ ਉੱਤੇ ਸੋ ਇਹਦਾ ਤੁਹਾਨੂੰ ਬੈਨੀਫਿਟ ਹੋਏਗਾ ਹੀ ਹੋਗਾ ਬਟ ਇਸ ਤੋਂ ਪਹਿਲਾਂ ਜਿਹੜਾ ਉਹ ਬੁੱਕ ਮੈਂ ਤੁਹਾਨੂੰ ਦੱਸੀ ਸੀ ਕਿ ਰਾਵੀ ਇਨਸਟਰਕਸ਼ਨ ਟਾਈਪਿੰਗ ਬੁੱਕ ਪਹਿਲਾਂ ਤੁਹਾਨੂੰ All the best.